ਕਿਸ਼ਤਾਂ ਨਾ ਮੁੜਨ ਦੇ ਡਰੋਂ ਕਦੇ ਆਪਣੇ ਪਿਓ ਨੂੰ ਟਰੈਕਟਰ ਲੈਣ ਦੀ ਮੰਗ ਕਰਦੇ ਹੀ ਨਹੀਂ। ਸਾਡੀ ਪਹੁੰਚ ਨਹੀਂ ਹੈਗੀ ਟਰੈਕਟਰ ਲੈਣ ਦੀ। ਜੇ ਕਰਜ਼ਾ ਲਈਏ ਤਾਂ ਮੁੜ ਕੇ ਕਰਜ਼ਾ ਤਲਾਤਾ ਨਹੀਂ ਹੈਗਾ, ਕਿਸ਼ਤਾਂ ਮੁੜ ਕੇ ਤਰਦੀਆਂ ਨਹੀਂ ਹੈਗੀਆਂ, ਅਤੇ ਵਿਆਜ ਪੈ ਕੇ ਸਿਰ ਚੜ੍ਹ ਜਾਂਦਾ, ਅਤੇ ਮੁੜ ਕੇ ਤੁਹਾਨੂੰ ਪਤਾ ਵਾ ਕਿ ਨਹੀਂ ਲੈਂਦਾ। ਇਸ ਕਰਕੇ ਫਾਦਰ ਸਾਹਿਬ ਨਹੀਂ ਲੈਂਦੇ ਕਰਜ਼ਾ, ਅਤੇ ਅਸੀਂ ਟਰੈਕਟਰ ਨਹੀਂ ਲਿਆ। ਕੀ ਚੀਜ਼ ਨੂੰ ਕਿਹਾ ਜਾਂਦਾ ਜੀ? ਹੱਲ ਪੰਜਾਲੀ। ਢੱਗਿਆਂ ਦੇ ਨਾਲ ਵਾਹੀ ਜਾਂਦੀ ਹੈ ਜੀ ਪੈਲੀ, ਅਤੇ ਸਾਡੀ ਆਪਣੀ ਪੈਲੀ 3 ਕਨਾਲ ਹੈ, ਅਤੇ ਘਰ ਦਾ ਗੁਜ਼ਾਰਾ ਬਹੁਤ ਮੁਸ਼ਕਿਲ ਹੁੰਦਾ। ਜੀ ਦੇਖੋ, ਜਿੱਦਾਂ ਲੋਕਾਂ ਨੇ ਕਣਕ ਝੋਨਿਆਂ ਦੇ ਵਿੱਚ ਪੱਠੇ ਬੀਜੇ ਹੁੰਦੇ ਆ, ਉਹ ਜਦੋਂ ਵੱਢ ਲੈਂਦੇ ਆ, ਜਦੋਂ ਦੋਹਰੇ ਨਹੀਂ ਹੁੰਦੇ, ਫਿਰ ਉਹ ਸਾਨੂੰ ਦੋਹਰੇ ਬੀਜਣੇ ਪੈਂਦੇ ਆ। ਜਿੱਥੇ ਟਰੈਕਟਰ ਨਹੀਂ ਜਾਂਦਾ, ਉੱਥੇ ਢੱਗੇ ਖੜ ਕੇ ਫਿਰ ਉਹਨਾਂ ਨਾਲ ਪੱਠੇ ਬੀਜੇ ਜਾਂਦੇ ਆ, ਅਤੇ ਆਪਣੇ ਵੀ ਪੱਠੇ ਬੀਜ ਕੇ, ਅਤੇ ਆਪਣੇ ਵੀ ਢੱਗਿਆਂ ਨਾਲ ਪੱਠੇ ਬੀਜੀਦੇ ਆ, ਟਰੈਕਟਰ ਨਾਲ ਪੱਠੇ ਨਹੀਂ ਬੀਜੀਦੇ। ਹਾਂਜੀ ਜੀ, ਦੇਖੋ ਫੀਸਾਂ ਨਹੀਂ ਤਾਰੀਆਂ ਜਾਂਦੀਆਂ ਫਾਦਰ ਸਾਹਿਬ ਉਹਨਾਂ ਕੋਲ, ਅਤੇ ਅਸੀਂ ਕਦੇ ਜਿੱਦ ਨਹੀਂ ਕੀਤੀ ਕਿ ਅਸੀਂ ਚੰਗੇ ਸਕੂਲਾਂ 'ਚ ਪੜ੍ਹਨਾ, ਅਤੇ ਜਿੱਥੇ ਨਾ ਪਾਇਆ ਅਸੀਂ ਉੱਥੇ ਫਿਰ ਪੜ੍ਹ ਲਿਆ। ਅਜੇ ਮੈਂ 10th ਕਲਾਸ 'ਚ ਹਾਂ, ਅਤੇ 10th ਕਲਾਸ ਪਾਸ ਕਰਕੇ ਫਿਰ ਦੇਖਾਂਗੇ ਕਿਸੇ ਪੰਨੇ ਜਾਂ ਸੋਚਿਆ। ਦੇਖੋ ਜੀ, ਅਜੇ ਬਾਹਰ ਬੂਹਰ ਜਾਣ ਦੀ ਤਾਂ ਤੁਹਾਨੂੰ ਪਤਾ, ਫਿਰ ਅਜੇ ਪੈਸੇ ਚਾਹੀਦੇ ਆ, ਅਤੇ ਮਿਹਨਤ ਕਰਾਂਗੇ ਅੱਗੇ। ਦੇਖੋ ਜੇ ਸਰਕਾਰੀ ਨੌਕਰੀ ਲੱਗੀ ਫਿਰ ਮਿਹਨਤ ਕਰਾਂਗੇ। ਤੁਹਾਨੂੰ ਇਹੋ ਕੀ ਕਹਾਂਗੇ ਕਿ ਸਾਡੀ ਮਦਦ ਕੀਤੀ ਜਾਵੇ, ਤਾਂ ਥੋੜ੍ਹੀ ਬਹੁਤੀ ਮਦਦ ਕੀਤੀ ਜਾਵੇ, ਬਾਕੀ ਥੋੜ੍ਹਾ ਬਹੁਤ ਆਪ ਮਿਹਨਤ ਕਰੀਦੀ ਆ। ਮਾੜਾ ਮੋਟਾ ਜਿੱਥੇ ਦਿਹਾੜੀ ਲੱਗ ਜਾਵੇ ਉੱਥੇ ਦਿਹਾੜੀ ਲਾ ਲਈਦੀ ਆ। ਉੱਧਰ ਕੁਲਵੰਤ ਸਿੰਘ ਭਾਵੇਂ ਆਪਣੇ ਬਾਰੇ ਬਹੁਤਾ ਚਿੰਤਤ ਨਹੀਂ ਹੈ, ਪਰ ਆਪਣੇ ਬੱਚਿਆਂ ਦੇ ਭਵਿੱਖ ਬਾਰੇ ਸੋਚ ਮੱਥੇ 'ਤੇ ਵੱਟ ਜ਼ਰੂਰ ਪਾ ਲੈਂਦਾ ਹੈ। ਕੁਲਵੰਤ ਸਿੰਘ ਮੁਤਾਬਕ ਸਰਕਾਰਾਂ ਨੇ ਛੋਟੇ ਕਿਸਾਨਾਂ ਨੂੰ ਕਰਜ਼ੇ ਦੇਣ ਅਤੇ ਕਰਜ਼ੇ ਮੁਆਫ਼ ਕਰਨ ਦੇ ਵਾਅਦੇ ਤਾਂ ਬਹੁਤ ਕੀਤੇ, ਪਰ 3 ਕਨਾਲ ਪੈਲੀ 'ਤੇ ਉਹਨਾਂ ਨੂੰ ਨਾ ਕਿਸੇ ਨੇ ਕਰਜ਼ਾ ਦਿੱਤਾ ਹੀ ਅਤੇ ਨਾ ਹੀ ਕਦੇ ਮੁਆਫ਼ੀ ਕੀਤਾ। ਕੁਲਵੰਤ ਸਿੰਘ ਹਾਲੇ ਵੀ ਸਰਕਾਰਾਂ ਤੋਂ ਮਦਦ ਦੀ ਆਸ ਰੱਖੀ ਬੈਠਾ ਹੈ। ਕੁਲਵੰਤ ਸਿੰਘ, ਪਿੰਡ ਮੀਰਪੁਰ। ਪੁਰਾਣੇ ਜਾਣੇ ਟਰੈਕਟਰ ਲੈਣ ਜੋਗੇ ਨੇ, ਹਾਲ ਫਿਰ ਰੱਖਿਆ ਪਾਲੀ 3 ਕਨਾਲ ਹੈਗੀ ਹੈ, ਉਹ ਕੋਈ ਕਿਸੇ ਦੀ ਵਾਲੇ ਦੀ ਹੈ, ਅਤੇ ਬੱਚੇ 2 ਨੇ ਪੜ੍ਹਦੇ ਨੇ, ਖਰਚਾ ਤਾਂ ਪੂਰਾ ਨਹੀਂ ਹੁੰਦਾ, ਅਤੇ ਉਹ ਵੀ ਹੁਣ ਥਾਂ ਲੋਕਾਂ ਦੇ ਝੋਨੇ ਝਾਨੇ ਲੱਗ ਗਏ ਨੇ, ਵੀ ਆ ਥਾਂ ਵਿਹਲਾ ਇਸ ਤਰ੍ਹਾਂ ਕਿਸੇ ਦਾ ਮਿਲ ਜੇ ਫਿਰ ਥੋੜ੍ਹਾ ਬਹੁਤ ਵੱਧ ਨਹੀਂ ਰਹਿ ਕੇ, ਚਲੋ ਘਰ ਦਾ ਝੱਟ ਗੁਜ਼ਾਰਾ ਚੱਲਦਾ। ਹੱਲ ਹੁਣ ਸਾਡੇ ਕੋਲ ਗੁੰਜਾਇਸ਼ ਹੀ ਨਹੀਂ ਲੈਣ ਦੀ, ਕੋਈ ਗੌਰਮੈਂਟ ਨੇ ਮਦਦ ਨਹੀਂ ਕੀਤੀ ਕੋਈ, ਮਤਲਬ ਇਸ ਤਰ੍ਹਾਂ ਹੀ ਫਿਰ ਕਰਕੇ ਬੋਲਦੇ ਇਸ ਤਰ੍ਹਾਂ ਹੀ। ਵੇਖੋ ਜੀ, ਲੋਕ ਛੱਡ ਛੱਡਦੇ, ਇਹ ਇੱਕ ਤਾਂ ਕਾਦੀਆਂ ਤੋਂ ਲਿਆਂਦਾ ਸੀ ਆ, ਅਤੇ ਮੰਡੀ ਛੱਡੇ ਜਾਣ ਲੋਕਾਂ ਨੇ, ਅਤੇ ਇੱਕ ਇੱਥੇ 5 ਕਰੀਬ ਲਿਆਂਦਾ ਕੁਛ, ਜਿੱਥੇ ਤਾਜ਼ੀ ਹੋਏ ਕੋਲ ਗੁੰਜਾਇਸ਼ ਹੋਏ, ਅਤੇ ਕਰਜ਼ਾ ਚੁੱਕ ਕੇ ਮੁੜ ਕੇ ਲਾਉਣਾ ਕਿੱਥੋਂ। ਛੋਟੀ ਜ਼ਿਮੀਂਦਾਰ ਨੂੰ ਲਿਮਿਟ ਵੀ ਨਹੀਂ ਬਣਦੀ ਕੋਈ, ਨਾ ਮਤਲਬ ਕਰਜ਼ਾ ਹੀ। ਹਾਂਜੀ ਜੀ, ਕਿਸੇ ਨੇ ਮਾਫ਼ ਨਹੀਂ ਕੀਤਾ, ਨਾ ਕਿਸੇ ਦਿੱਤਾ ਹੀ ਹੈ, ਅਤੇ ਨਾ ਮਾਫ਼ ਹੀ ਕੀਤਾ ਕਿਸੇ ਨਾ। ਜੀ ਸਰਕਾਰ ਕਿੱਥੇ ਜ਼ਿਮੀਂਦਾਰਾਂ ਦਾ, ਵੇਖੋ ਕੀ ਸੋਚਦੀ ਹੈ ਸਰਕਾਰ ਨੇ, ਕੀ ਸੋਚਣਾ। ਵੇਖੋ ਜੀ, ਇਹੋ ਹੀ ਆ ਕੋਈ ਮਸਲਾ ਹੱਲ, ਕੋਈ ਮਦਦ ਕੋਈ ਇਹੋ ਹੀ ਆ, ਬੱਚੇ ਛੋਟੇ ਨੇ ਪਹਿਲੀ 3 ਕਰਾਉਣੇ। ਚਲੋ ਇਹ ਵੀ ਨਹੀਂ ਕਹਿ ਸਕਦੇ ਕਿ ਗਰੀਬੀ ਇਕੱਲੇ ਕੁਲਵੰਤ ਸਿੰਘ ਦੇ ਟੱਬਰ 'ਤੇ ਹੈ ਅਤੇ ਉਹ ਇਕੱਲੇ ਜ਼ਿੰਦਗੀ ਜਿਉਣ ਲਈ ਘਾਲਣਾ ਘਾਲ ਰਿਹਾ ਹੈ, ਪਰ ਕਿਤੇ ਨਾ ਕਿਤੇ ਇਸ ਸਭ ਪਿੱਛੇ ਸਰਕਾਰਾਂ ਅਤੇ ਸਿਸਟਮ ਦਾ ਫੇਲ ਤੰਤਰ ਜ਼ਰੂਰ ਜ਼ਿੰਮੇਵਾਰ ਲੱਗਦਾ ਹੈ। ਮਹਿੰਗੀ ਮਸ਼ੀਨਰੀ ਤੋਂ ਬਿਨਾਂ ਵੀ ਖੇਤੀ ਹੋ ਸਕਦੀ ਹੈ, ਇਹ ਵੀ ਮੰਨਣ ਯੋਗੇ, ਪਰ ਕੀ ਪਿੰਡਾਂ ਦੀਆਂ ਸੁਸਾਇਟੀਆਂ ਵਿੱਚ ਕੋਈ ਸਾਂਝੇ ਅਜਿਹੇ ਸਾਧਨ ਮੁਹੱਈਆ ਨਹੀਂ ਕਰਵਾਏ ਜਾ ਸਕਦੇ ਜਿਨ੍ਹਾਂ ਨੂੰ ਛੋਟੇ ਕਿਸਾਨ ਵਰਤ ਸਕਣ। ਅਤੇ ਇਹ ਕਹਿਣਾ ਵੀ ਗਲਤ ਨਹੀਂ ਹੈ ਕਿ ਜੇਕਰ ਅਜਿਹੇ ਲੋਕਾਂ ਦੀ ਮਦਦ ਲਈ ਸਿਰਫ ਸਮਾਜ ਸੇਵੀ ਸੰਸਥਾਵਾਂ ਜਾਂ NRIs ਹੀ ਅੱਗੇ ਆਉਣਗੇ ਤਾਂ ਫਿਰ ਸਰਕਾਰਾਂ ਕੀ ਕਰਨਗੀਆਂ।
ਇਹ ਵੀ ਇੱਕ ਵੱਡਾ ਸਵਾਲ ਹੈ। ਗੁਰਦਾਸਪੁਰ ਤੋਂ ਰੋਹਿਤ ਗੁਪਤਾ, ਪੰਜਾਬੀ ਲੋਕ ਚੈਨਲ।